Hello students and welcome to my channel Meet Sir Maths. ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ, ਤੁਹਾਡੀ ਸਟੱਡੀ ਵਧੀਆ ਚੱਲ ਰਹੀ ਹੋਏਗੀ ਅਤੇ ਤੁਹਾਡੇ ਜਿਹੜੇ ਹੁਣ ਐਗਜ਼ਾਮ ਹੈ ਉਹਨਾਂ ਦੀ ਤਿਆਰੀ ਵੀ ਤੁਸੀਂ ਵਧੀਆ ਤਰੀਕੇ ਨਾਲ ਕਰ ਰਹੇ ਹੋਵੋਗੇ। ਹਾਂਜੀ, ਹੁਣ ਜਿਹੜੇ ਤੁਹਾਡੇ ਸਪਟੰਬਰ ਦੇ ਐਗਜ਼ਾਮ ਨੇ ਉਹਨਾਂ ਦੇ ਲਈ 11th ਕਲਾਸ ਦੇ ਲਈ ਅਰਥ ਸ਼ਾਸਤਰ ਯਾਨੀ ਕਿ ਇਕਨੋਮਿਕਸ ਸਬਜੈਕਟ ਦਾ ਇੱਕ ਸੈਂਪਲ ਪੇਪਰ ਤੁਹਾਡੇ ਨਾਲ ਡਿਸਕਸ ਕਰਾਂਗੇ ਅੱਜ। ਹਾਂਜੀ, ਇੱਕ ਸੈਂਪਲ ਪੇਪਰ ਹੈ, ਆਪਣੀ ਪੂਰੀ ਤਿਆਰੀ ਕਰਕੇ ਜਾਣਾ ਤੁਸੀਂ ਪੇਪਰ ਦੇ ਵਿੱਚ, ਉਹਦੇ ਨਾਲ ਨਾਲ ਇਹਨਾਂ ਕੁਐਸਚਨਸ ਦੇ ਥਰੂ ਤੁਸੀਂ ਆਪਣੀ ਜਿਹੜੀ ਤਿਆਰੀ ਹੈ ਉਹ ਵਧੀਆ ਕਰ ਸਕਦੇ ਹੋ। ਇਹ ਸੈਂਪਲ ਪੇਪਰ ਹੈ ਸਿਰਫ। ਹਾਂਜੀ, ਅੱਗੇ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨਸ 'ਤੇ ਟੈਪ ਕਰ ਦਿਓ ਤਾਂ ਕਿ ਸਾਡੀਆਂ ਸਾਰੀਆਂ ਲੇਟੈਸਟ ਵੀਡੀਓਜ਼ ਦੇ ਨੋਟੀਫਿਕੇਸ਼ਨਸ ਤੁਹਾਡੇ ਤੱਕ ਪਹੁੰਚ ਸਕਣ। ਹਾਂਜੀ, ਪਹਿਲਾਂ ਸਾਰੇ ਪ੍ਰਸ਼ਨ ਜ਼ਰੂਰੀ ਨੇ, 20 ਕੁਐਸਚਨਸ ਨੇ ਇੱਕ ਇੱਕ ਨੰਬਰ ਦੇ। ਪਹਿਲਾ ਹੈ, ਕੀਮਤ ਦੇ ਸਿਧਾਂਤ ਦਾ ਦੂਜਾ ਨਾਂ ਡੈਸ਼ ਹੈ। ਸਮਸ਼ਟੀ ਅਰਥ ਸ਼ਾਸਤਰ, ਕੀਮਤ ਨਿਯੰਤਰਣ, ਵਿਅਸ਼ਟੀ ਅਰਥ ਸ਼ਾਸਤਰ ਜਾਂ ਫਿਰ ਰਾਜਨੀਤੀ। ਉਸ ਤੋਂ ਬਾਅਦ ਹੈ ਆਪਣੇ ਕੋਲ ਅਰਥ ਸ਼ਾਸਤਰ ਦੀ ਕਲਿਆਣ ਸੰਬੰਧੀ ਪਰਿਭਾਸ਼ਾ ਕਿਸਨੇ ਦਿੱਤੀ? ਮਾਰਸ਼ਲ, ਜੇ ਐਸ ਮਿਲ, ਸ਼ੈਪੀਰੋ ਜਾਂ ਫਿਰ ਰੋਬਿਨਸ। ਅਗਲਾ, ਮਨੁੱਖੀ ਲੋੜਾਂ ਡੈਸ਼ ਹਨ, ਅਸੀਮਤ, ਸੀਮਤ, ਦੁਰਲੱਭ, ਇਹਨਾਂ 'ਚੋਂ ਕੋਈ ਨਹੀਂ। ਅੱਗੇ, ਸੁਤੰਤਰਤਾ ਸਮੇਂ ਭਾਰਤੀ ਅਰਥ ਵਿਵਸਥਾ ਕਿਹੋ ਜਿਹੀ ਸੀ? ਪਿਛੜੀ ਹੋਈ, ਅਰਧ ਸਾਮੰਤਵਾਦੀ, ਗਤੀਹੀਨ, ਉਪਰੋਕਤ ਸਾਰੇ। ਰਾਸ਼ਟਰੀ ਯੋਜਨਾ ਸਮਿਤੀ ਦੀ ਸਥਾਪਨਾ ਕਦੋਂ ਹੋਈ? 1935, 1938, 1940, 1947। ਭਾਰਤ ਵਿੱਚ 5 ਸਾਲਾ ਯੋਜਨਾਵਾਂ ਨੂੰ ਕੌਣ ਤਿਆਰ ਕਰਦਾ ਹੈ? ਯੋਜਨਾ ਆਯੋਗ, ਰਾਸ਼ਟਰੀ ਵਿਕਾਸ ਪਰਿਸ਼ਦ, ਵਿੱਤ ਮੰਤਰਾਲਾ, ਗ੍ਰਹਿ ਮੰਤਰਾਲਾ। ਉਦਯੋਗਿਕ ਨੀਤੀ ਪ੍ਰਸਤਾਵ 1956 ਨੇ ਜ਼ੋਰ ਦਿੱਤਾ ਸਰਵਜਨਕ ਖੇਤਰ ਦੀ ਭੂਮਿਕਾ ਉੱਤੇ, ਨਿੱਜੀ ਖੇਤਰ ਦੀ ਭੂਮਿਕਾ ਉੱਤੇ, ਸੰਯੁਕਤ ਖੇਤਰ ਦੀ ਭੂਮਿਕਾ ਉੱਤੇ ਜਾਂ ਫਿਰ ਉਪਰੋਕਤ ਸਾਰਿਆਂ 'ਤੇ। ਅੱਗੇ, ਪੜ੍ਹਨ ਅਤੇ ਲਿਖਣ ਦੀ ਯੋਗਤਾ ਨੂੰ ਕਿਹਾ ਜਾਂਦਾ ਹੈ? ਸਿੱਖਿਆ, ਮਨੁੱਖੀ ਪੂੰਜੀ, ਸਾਖਰਤਾ, ਮਨੁੱਖੀ ਵਿਕਾਸ। ਭਾਰਤ ਵਿੱਚ ਸਾਖਰ ਇਸਤਰੀਆਂ ਹਨ 75%, 85%, 70% ਕੇ 66%। ਵਪਾਰਕ ਬੈਂਕਾਂ ਦੇ ਰਾਸ਼ਟਰੀਕਰਨ ਦੀ ਸ਼ੁਰੂਆਤ ਕਦੋਂ ਹੋਈ? 1969, 1979, 1980, 1991। ਖੇਤਰਫਲ ਦੇ ਪੱਖ ਤੋਂ ਪੰਜਾਬ ਭਾਰਤ ਦਾ ਡੈਸ਼ ਛੋਟਾ ਰਾਜ ਹੈ? 5ਵਾਂ, 7ਵਾਂ, 8ਵਾਂ, 9ਵਾਂ। ਹੇਠਾਂ ਵਿੱਚੋਂ ਕਿਹੜੀ ਨਦੀ ਭਾਰਤ ਅਤੇ ਪੰਜਾਬ ਵਿੱਚ ਨਹੀਂ ਹੈ? ਸਤਲੁਜ, ਚਨਾਬ, ਬਿਆਸ, ਰਾਵੀ। ਪੰਜਾਬ ਦੇ ਕਿਹੜੇ ਜ਼ਿਲ੍ਹੇ ਦੀ ਸਾਖਰਤਾ ਸਭ ਤੋਂ ਵੱਧ ਹੈ? ਬਠਿੰਡਾ, ਗੁਰਦਾਸਪੁਰ, ਪਟਿਆਲਾ, ਹੁਸ਼ਿਆਰਪੁਰ। 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿੱਚ ਜਨਮ ਦਰ ਡੈਸ਼ ਸੀ 21.5 ਪ੍ਰਤੀ ਹਜ਼ਾਰ, 27.6 ਪ੍ਰਤੀ ਹਜ਼ਾਰ, 26 ਪ੍ਰਤੀ ਹਜ਼ਾਰ ਕੇ 23.7 ਪ੍ਰਤੀ ਹਜ਼ਾਰ। ਅੱਗੇ, ਹੇਠਾਂ ਲਿਖਿਆਂ ਵਿੱਚੋਂ ਕਿਹੜੀ ਖਰੀਫ ਫਸਲ ਨਹੀਂ ਹੈ? ਝੋਨਾ, ਚਨਾ, ਜਵਾਰ ਕੇ ਗੰਨਾ। ਦੇਸ਼ ਵਿੱਚ ਪੈਦਾ ਹੋਏ ਅਨਾਜ ਦਾ ਹਿੱਸਾ ਪੰਜਾਬ ਵਿੱਚ ਪੈਦਾ ਹੁੰਦਾ ਹੈ? 11-12%, 9-10%, 13-14% ਕੇ 14-15%। ਪੰਜਾਬ ਵਿੱਚ ਖੰਡ ਦੀ ਮਿੱਲਾਂ ਕਿਹੜੇ ਜ਼ਿਲ੍ਹੇ ਵਿੱਚ ਹਨ? ਬਟਾਲਾ, ਗੁਰਦਾਸਪੁਰ, ਬਠਿੰਡਾ ਕੇ ਉਪਰੋਕਤ ਸਾਰਿਆਂ ਦੇ ਵਿੱਚ। ਗੇਟਲਾਂ ਦੇ ਵਿੱਚੋਂ ਕਿਹੜਾ ਸਰਵਜਨਕ ਵਿੱਤ ਦਾ ਤੱਤ ਨਹੀਂ ਹੈ? ਕਰ, ਸਰਵਜਨਕ ਕਰਜ਼, ਵਿੱਤੀ ਨੀਤੀ ਜਾਂ ਫਿਰ ਮੁਦਰਿਕ ਨੀਤੀ। ਹਾਂਜੀ, ਕਰ, ਸਰਵਜਨਕ ਕਰਜ਼, ਵਿੱਤੀ ਨੀਤੀ ਜਾਂ ਫਿਰ ਮੁਦਰਿਕ ਨੀਤੀ। ਨੈਕਸਟ ਹੈ,
ਹੇਲੀਆਂ ਵਿੱਚੋਂ ਕਿਹੜੀ ਛੋਟੇ ਪੈਮਾਨੇ ਦੇ ਉਦਯੋਗ ਦੀ ਮੁੱਖ ਵਿਸ਼ੇਸ਼ਤਾ ਹੈ? ਕਿਰਤ ਪ੍ਰਧਾਨਤਾ, ਸਥਾਨਿਕ ਲੋਚਸ਼ੀਲਤਾ, ਪੂੰਜੀ ਪ੍ਰਧਾਨਤਾ, ਦੋਵੇਂ ਊੜਾ ਅਤੇ ਐੜਾ। ਅੱਗੇ, ਉੱਚ ਸਿੱਖਿਆ ਦੇ ਮਾਰਗਦਰਸ਼ਨ ਅਤੇ ਨਿਯੰਤਰਣ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ? ਪਹਿਲਾ ਹੈ ਭਾਰਤ ਸਰਕਾਰ ਦੀ, ਉੱਚ ਸਿੱਖਿਆ ਵਿਭਾਗ ਦੀ, ਯੂਨੀਵਰਸਿਟੀ ਅਨੁਦਾਨ ਆਯੋਗ ਦੀ, ਜਾਂ ਫਿਰ ਇਹਨਾਂ 'ਚੋਂ ਕੋਈ ਨਹੀਂ। ਨੈਕਸਟ, ਹਾਂਜੀ ਆ ਗਏ ਆਪਣੇ ਕੋਲ ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ, ਕੋਈ 10 ਦੇ ਜਵਾਬ ਦੇਣੇ ਨੇ, ਹਰੇਕ 30 ਸ਼ਬਦਾਂ ਵਿੱਚ ਹੋਣਾ ਚਾਹੀਦਾ ਜਵਾਬ। ਪੰਜਾਬ ਦੀ ਅਰਥ ਵਿਵਸਥਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ। ਪੰਜਾਬ ਵਿੱਚ ਜਨਸੰਖਿਆ ਦੇ ਵਾਧੇ ਦੇ ਮੁੱਖ ਕਾਰਨ ਕੀ ਹਨ? ਪੰਜਾਬ ਨੂੰ ਖੇਤੀ ਪ੍ਰਧਾਨ ਰਾਜ ਕਿਉਂ ਕਿਹਾ ਜਾਂਦਾ ਹੈ? ਪੰਜਾਬ ਸਰਕਾਰ ਦੀ ਆਮਦਨ ਦੇ ਮੁੱਖ ਸਰੋਤਾਂ ਦੀ ਵਿਆਖਿਆ। ਅੱਗੇ, ਸੁਤੰਤਰਤਾ ਸਮੇਂ ਭਾਰਤੀ ਯੋਗਾਂ ਦੀ ਕੀ ਸਥਿਤੀ ਸੀ? ਭਾਰਤੀ ਨਿਯੋਜਨ ਤੋਂ ਤੁਸੀਂ ਕੀ ਸਮਝਦੇ ਹੋ? ਛੋਟੇ ਪੈਮਾਨੇ ਦੇ ਉਦਯੋਗ SSI ਕਿਸ ਪ੍ਰਕਾਰ ਸਮਤਾ ਨੂੰ ਪ੍ਰੋਤਸਾਹਿਤ ਕਰਦੇ ਹਨ? ਉਦਯੋਗਿਕ ਵਿਕਾਸ ਦੀਆਂ ਸਮੱਸਿਆਵਾਂ ਦੇ ਹੱਲ ਲਈ 3 ਸੁਝਾਅ। ਮਨੁੱਖੀ ਪੂੰਜੀ ਅਤੇ ਮਨੁੱਖੀ ਵਿਕਾਸ ਵਿੱਚ ਅੰਤਰ ਦੱਸੋ। ਸਿੱਖਿਆ ਦੇ ਕੀ ਉਦੇਸ਼ ਹਨ? ਪੰਜਾਬ ਦੀਆਂ ਖਾਦ ਫਸਲਾਂ ਦੇ ਨਾਮ ਦੱਸੋ। ਪੰਜਾਬ ਸਰਕਾਰ ਦੇ ਖਰਚਿਆਂ ਨੂੰ ਮੁੱਖ ਰੂਪ ਨਾਲ ਕਿੰਨੇ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ? ਅੱਗੇ, ਸਰੋਤ ਆਧਾਰਿਤ ਪ੍ਰਸ਼ਨ, ਜਿਵੇਂ ਕਿ ਤੁਸੀਂ ਜਾਣਦੇ ਹੋ ਤੁਹਾਡੇ ਕੋਲ ਪੈਰਾ ਹੁੰਦਾ, ਉਹਦੇ ਵਿੱਚੋਂ ਤੁਸੀਂ ਕੁਸ਼ਚਨਸ ਦੇ ਆਂਸਰ ਲੱਭ ਕੇ ਲਿਖਣੇ ਹੁੰਦੇ ਨੇ। ਪੰਜਾਬ ਦੇ ਕਿੰਨੇ ਜ਼ਿਲ੍ਹੇ ਹਨ? ਹਾਂਜੀ, ਪੰਜਾਬ ਦੇ ਜ਼ਿਲ੍ਹੇ ਕਿੱਥੇ ਦਿਖ ਰਿਹਾ ਵੀ ਜ਼ਿਲ੍ਹੇ? ਪੰਜਾਬ ਦੇ 23 ਜ਼ਿਲ੍ਹੇ ਮੌਜੂਦਾ ਪੰਜਾਬ 1 ਨਵੰਬਰ 1966 ਸੀ ਬਈ, 1966 ਨੂੰ ਹੋਂਦ ਵਿੱਚ ਆਇਆ। ਕਿਹੜੀ ਨਦੀਆਂ ਪੰਜਾਬ ਨੂੰ ਪਾਕਿਸਤਾਨ ਤੋਂ ਵੱਖ ਕਰਦੀਆਂ ਹਨ? ਹਾਂਜੀ, ਨਦੀਆਂ ਦੀ ਗੱਲ ਕਿੱਥੇ ਹੋ ਰਹੀ ਹੈ? ਹਾਂਜੀ, ਰਾਵੀ ਅਤੇ ਸਤਲੁਜ। ਅੱਗੇ, 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਆਬਾਦੀ ਕਿੰਨੀ ਹੈ? 2.77 ਕਰੋੜ। ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨਾ ਪ੍ਰਤੀਸ਼ਤ ਪੰਜਾਬ ਬਣਦਾ ਹੈ? ਕੁੱਲ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ? ਹੁਣ ਪ੍ਰਤੀਸ਼ਤ ਕਿੱਥੇ ਲਿਖਿਆ ਹੋਇਆ ਹੈ? 1.5 ਪ੍ਰਤੀਸ਼ਤ। ਇਹ ਖੇਤਰ ਡੈਸ਼ ਪਹਾੜੀਆਂ ਦੀ ਬਾਹਰੀ ਸੀਮਾ ਨੂੰ ਕਵਰ ਕਰਦਾ ਹੈ? ਪਹਾੜੀਆਂ ਨੂੰ ਕਵਰ ਕਰਦਾ ਹੈ। ਇਹ ਖੇਤਰ, ਇਸਦੀ ਚੌੜਾਈ ਲਗਭਗ, ਇਹਨਾਂ ਦੇ ਸੰਬੰਧੀ ਉਚਾਈ ਅਤੇ ਪੰਜਾਬ ਵਿੱਚ ਪੰਜਾਬ ਦਾ ਅਧਿਕਾਰ ਖੇਤਰ। ਹਾਂਜੀ, ਅੱਗੇ ਜਾਂਦੇ ਹਾਂ ਹੁਣ ਭਾਰਤ ਵਿੱਚ ਫਿਰ ਸਰੋਤ ਆਧਾਰਿਤ ਪ੍ਰਸ਼ਨ ਨੇ ਬਈ ਅੱਗੇ ਆਪਣੇ ਕੋਲ। ਭਾਰਤ ਨੇ 2021 ਵਿੱਚ ਕਿੰਨੀਆਂ ਗੱਠਾਂ ਕੱਪੜਿਆਂ ਵਿੱਚ ਕੱਪੜਿਆਂ ਦਾ ਉਤਪਾਦਨ ਕੀਤਾ? ਚਲੋ, ਇਹਨਾਂ ਕੁਸ਼ਚਨਸ ਦੇ ਆਂਸਰ ਤੁਸੀਂ ਲੱਭ ਹੀ ਸਕਦੇ ਹੋ ਜੀ, ਇਹਦਾ ਤੁਸੀਂ ਸਕਰੀਨਸ਼ੋਟ ਲੈ ਸਕਦੇ ਹੋ ਅਤੇ ਫਿਰ ਕੁਸ਼ਚਨਸ ਦੇ ਆਂਸਰ ਲੱਭ ਸਕਦੇ ਹੋ ਜੀ। ਹਾਂਜੀ, ਅੱਗੇ ਆਉਂਦੇ ਹਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨਾਂ 'ਤੇ। 4 ਪ੍ਰਸ਼ਨਾਂ ਦੇ ਉੱਤਰ ਦੇਣੇ ਨੇ 60 ਤੋਂ 70 ਸ਼ਬਦਾਂ 'ਚ, 4-4 ਨੰਬਰ ਦੇ। 5 ਸਾਲਾ ਯੋਜਨਾਵਾਂ ਦੀ ਅਸਫਲਤਾ 'ਤੇ ਇੱਕ ਸੰਖੇਪਤ ਨੋਟ ਲਿਖੋ। ਉਦਯੋਗਿਕ ਲਾਈਸੈਮਿੰਗ ਕੀ ਹੈ? ਇਹ ਸਾਧਨਾਂ ਦੀ ਵੰਡ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ?
ਪੰਜਾਬ ਨੂੰ ਇਸਦੇ ਖੇਤੀ ਜਲਵਾਯੂ ਦੇ ਆਧਾਰ 'ਤੇ ਕਿੰਨੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ? ਪੰਜਾਬ ਵਿੱਚ ਸ਼ਹਿਰੀਕਰਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ? ਪੰਜਾਬ ਵਿੱਚ ਹਰੀ ਕ੍ਰਾਂਤੀ ਦੇ ਮੁੱਖ ਦੋਸ਼ ਕੀ ਹਨ? ਵੱਡੇ ਉੱਤਰ ਵਾਲੇ ਪ੍ਰਸ਼ਨ, ਦੋ ਪ੍ਰਸ਼ਨ ਕਰਨੇ ਨੇ, 100 ਤੋਂ 150 ਸ਼ਬਦਾਂ 'ਚ ਆਂਸਰ ਦੇਣਾ। ਸੁਤੰਤਰਤਾ ਦੇ ਸਮੇਂ ਭਾਰਤੀ ਅਰਥ ਵਿਵਸਥਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੀ ਵਿਆਖਿਆ ਜਾਂ ਫਿਰ ਭਾਰਤ ਵਿੱਚ ਆਰਥਿਕ ਨਿਯੋਜਨ ਦੀਆਂ ਸਫਲਤਾਵਾਂ ਅਤੇ ਅਸਫਲਤਾਵਾਂ, ਸਫਲਤਾਵਾਂ ਅਤੇ ਅਸਫਲਤਾਵਾਂ ਦੀ ਵਿਆਖਿਆ। ਅੱਗੇ, ਪੰਜਾਬ ਵਿੱਚ ਜਨਸੰਖਿਆ ਦੇ ਵਾਧੇ ਅਤੇ ਆਕਾਰ ਦਾ ਵਰਣਨ ਕਰੋ ਜਾਂ ਸੰਨ 1966 ਤੋਂ ਪੰਜਾਬ ਦੇ ਖੇਤੀ ਵਿਕਾਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ। ਸੋ ਇਹ ਸੀ ਜੀ 11th ਕਲਾਸ ਦੇ ਸਟੂਡੈਂਟਸ ਦੇ ਲਈ ਇਕਨੋਮਿਕਸ ਯਾਨੀ ਕਿ ਅਰਥਸ਼ਾਸਤਰ ਵਿਸ਼ੇ ਦਾ ਇੱਕ ਸੈਂਪਲ ਪੇਪਰ। ਸੋ ਇਹਨਾਂ ਦੇ ਜਿਹੜੇ ਆਨਸਰ ਨੇ ਆਪਣੇ ਤੁਸੀਂ ਨੋਟਸ ਦੇ ਵਿੱਚੋਂ ਪ੍ਰਿਪੇਅਰ ਕਰਨੇ ਨੇ। ਸੋ ਆਪਣੀ ਪੂਰੀ ਤਿਆਰੀ ਕਰਕੇ ਜਾਣਾ, ਮੇਰੇ ਵੱਲੋਂ ਬੈਸਟ ਵਿਸ਼ਿਜ਼ ਨੇ ਵੀ, ਵਧੀਆ ਤਿਆਰੀ ਕਰਕੇ ਵਧੀਆ ਮਾਰਕਸ ਲਓ। ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਕਰਨਾ ਅਤੇ ਸ਼ੇਅਰ ਜ਼ਰੂਰ ਕਰ ਦੇਣਾ।